ये जिहड़ी समस्या हैगी काफ़ी पुरानी समस्या हैगी। हुण तकरीबन असीं देख रहे हैं कि 1000 साल का खजाना जिहड़ा साडा पत्थर का हैगा जिहड़ा कि पता नहीं किदा कुदरती स्रोतों के थ्रू बनया हैगा, ये दिन पर दिन जिहड़ा है माफिया वल्लों खत्म किया जा रहा। और सानू यह भी खदशा हुंदा कि साडी जिहड़ी जमीन है जदों असीं सवेरे जांदे आ खेतां वल आउंदे तां साडी जमीन तां नहीं किते पट्टी होई। हुण इस वेले यह स्थिति है इस स्थान की जिहड़ी हैगी कि जिहड़े साडे टिप्पर जिहड़े हैगे लोकां दे खेतां दे विच दी होई जांदे हो रस्ते दे विच ही जांदे हो क्रॉस हो गए। हुण जिवें मुख्यमंत्री साहब ने कहा सी पहला कि जिहड़ी जिहड़ी माइनिंग है वह खत्म हो गई, खत्म नहीं होई, माइनिंग दे उत्ते कोई निशान नहीं, उसी तरह माइनिंग जिहड़ी है वह बरकरार है, कोई लोग परवाह नहीं कर रहे हैं। जिवें रेट की भी गल हुई थी कि रेट घट जाना, रेट भी उस तरह जिहड़े आ सरवाइव हैगे, पर सानू समझ नहीं लगती बई ये ज़्यादा देश जिहड़ा हैगा उहनू लोग जिहड़े आ उह मन नहीं रहे हैगे। सो जे इस तरह यह चलता रहा आने वाले सिस्टम दे विच की होएगा कि लोग जिहड़े हैगे सड़कां दे उत्ते जाम लाणगे और ये माइनिंग नू वोटां दे दौरान भी खत्म करके हटणगे, कोई टिप्पर जिहड़ा उह नहीं लंघण देणगे। ये जथेबंदियां जिहड़ियां हैगियां जां साडे जिहड़े लोग है वह एकत्र हो गए दोनों साइडां ते जाम ला के पूरी जिहड़ी माइनिंग जिहड़ी हो रही है सतलुज दरिया दे विच इहनू पूर्ण तौर ते जिहड़ा उह समाप्त करना चाहुंदे आ ਤਾਂ ਕਿ ਅਸੀਂ ਜਿਹੜੀ ਆਪਣੀ ਜ਼ਿੰਦਗੀ ਜਿਹੜੀ ਆ ਚੰਗੀ ਤਰ੍ਹਾਂ ਜੀ ਸਕੀਏ ਇੱਥੇ ਹੀ ਬਸ ਨਹੀਂ। ਦੇਖੋ ਸਾਡੀ ਤਾਂ ਇੱਕੋ ਬੇਨਤੀ ਹੈ, ਅਸੀਂ ਅਤ ਦੁਖੀ ਲੋਕ ਹਾਂ ਜਿਹੜੇ ਕਿ ਅਤ ਦੁਖੀ ਲੋਕਾਂ ਨੇ ਬਹੁਤ ਵਾਰੀ ਪ੍ਰਸ਼ਾਸਨ ਤੱਕ ਆਪਣੀ ਪਹੁੰਚ ਕੀਤੀ ਹੈ ਪਰ ਉਹਦਾ ਸਿੱਟਾ ਕਿਆ ਨਿਕਲਦਾ, ਉਲਟੇ ਸਾਨੂੰ ਪ੍ਰਸ਼ਾਸਨ ਹੈ ਜਿਹੜਾ ਇਹ ਸਾਨੂੰ ਆਮ ਅਧਿਕਾਰ ਹੈ ਕਿ ਆਪਣੇ ਅਸੀਂ ਸੁਰੱਖਿਅਤ ਜੀ ਸਕੀਏ, ਸਾਡਾ ਉਹ ਅਧਿਕਾਰ ਖੋਕ ਹੈ ਵੀ ਅੱਜ ਸਾਡੇ 'ਤੇ ਧੱਕੇ ਨਾਲ ਮੈਨਗਾ ਧੱਕੇ ਨਾਲ ਜ਼ੁਲਮ, ਜੇ ਕੋਈ ਉਸ ਚੀਜ਼ ਨੂੰ ਰੋਕਦਾ ਹੈ ਤਾਂ ਉਹਨਾਂ ਨੂੰ ਮਾਰਨ ਦੀਆਂ ਧਮਕੀਆਂ ਉਲਟਾ ਧੱਕੇਸ਼ਾਹੀ ਹੋ ਰਹੀ ਹੈ। ਸੋ ਅਸੀਂ ਤਾਂ ਅੱਜ ਠੀਕ ਹੈ ਲੋਕਾਂ ਦੀ ਇਹ ਪ੍ਰਾਪਤੀ ਹੈ ਜਿਹਦੇ ਸਦਕੇ ਅੱਜ ਚੀਫ ਸਾਹਿਬ ਮਾਈਨਿੰਗ ਵਿਭਾਗ ਦੇ ਇੱਥੇ ਪਹੁੰਚ ਰਹੇ ਆ। ਅਸੀਂ ਤਾਂ ਆਪਣੇ ਸਾਰੀ ਪਬਲਿਕ ਵੱਲੋਂ ਆਪਣੇ ਸਾਰੇ ਪਿੰਡਾਂ ਵੱਲੋਂ ਮੈਂ ਇੱਕ ਅਪੀਲ ਮੁੱਖ ਮੰਤਰੀ ਪੰਜਾਬ ਜੀ ਨੂੰ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਕਿ ਮੁੱਖ ਮੰਤਰੀ ਸਾਹਿਬ ਜਿਸ ਦਿਨ 'ਤੇ ਤੁਸੀਂ ਬਣੇ ਹੋ ਅਸੀਂ ਵੀ ਬੜੀ ਖੁਸ਼ੀ ਮਨਾਉਂਦੇ ਸੀ, ਤੁਸੀਂ ਵੀ ਬੋਲਦੇ ਹੋ ਕਿ ਮੈਂ ਆਮ ਆਦਮੀ ਹਾਂ, ਅੱਜ ਆਮ ਆਦਮੀ ਦਾ ਆ ਕੇ ਇਹ ਵੀ ਦੇਖੋ ਫਿਰ ਸਾਡਾ ਹਾਲ ਕਿਆ ਹੋ ਰਿਹਾ। ਜੇ ਤੁਸੀਂ ਸੱਚੀ ਮੁੱਚੀ ਆਮ ਆਦਮੀ ਹੋ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਚੀਫ ਸਾਹਿਬ ਤਾਂ ਆ ਗਏ ਹੈ ਪਹੁੰਚ ਜਾਣਾ, ਉਹ ਸਾਡੇ ਹੋ ਸਕਦਾ ਤਕਲੀਫ ਸੁਣ ਕੇ ਕੁਛ ਹੱਲ ਕਰਨਗੇ, ਪਰ ਨਹੀਂ, ਇਹ ਮਸਲਾ ਛੋਟਾ ਨਹੀਂ, ਇਹ ਮਸਲਾ ਬਹੁਤ ਵੱਡਾ ਹੈ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਸਾਡਾ ਜੋ ਪਿੰਡ ਹੈ ਗੋਬਿੰਦਪੁਰ ਵੇਲਾ ਭੈਣੀ ਜਿੱਥੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਇਹ ਕੋਈ ਸਾਡੇ ਗੋਬਿੰਦਪੁਰ ਵੇਲਾ ਜਾਂ ਅਮਰਪੁਰ ਵੇਲਾ ਜਾਂ ਭੈਣੀ ਪਿੰਡ ਨਹੀਂ ਰਹੇ, ਇਹ ਅੱਜ ਅਫਗਾਨਿਸਤਾਨ ਦਾ ਮੁਲਕ ਬਣ ਗਿਆ ਜਿੱਥੇ ਤਾਲਿਬਾਨੀ ਰਾਜ ਹੈ, ਅੱਜ ਤਾਲਿਬਾਨੀ ਸਾਡੇ 'ਤੇ ਵੀ ਹਮਲੇ ਕਰਦੇ ਹੈ। ਸੋ ਮੈਂ ਬੇਨਤੀ ਕਰਦਾ ਤੁਸੀਂ ਆ ਕੇ ਆਪ ਖੁਦ ਦੇਖੋ ਸਾਡਾ ਕਿਆ ਹਾਲ ਹੈ। ਤਾਲਿਬਾਨੀ ਰਾਜ ਮੈਂ ਇਸ ਲਈ ਕਹਿੰਦਾ ਕਿਉਂਕਿ ਖੁਦ ਸਾਡੀ ਹਾਜ਼ਰੀ ਵਿੱਚ ਜਦ ਅਸੀਂ ਲੋਕਾਂ ਨਾਲ ਇਕੱਠੇ ਹੋ ਕੇ ਉਹਨਾਂ ਲੋਕਾਂ ਦਾ ਮੁਕਾਬਲਾ ਕੀਤਾ, ਰਾਤ ਨੂੰ ਉਹਨਾਂ ਦੇ ਟਿੱਪਰ ਫੜੇ, ਮਾਈਨਿੰਗ ਵਿਭਾਗ ਦੇ ਜਿਹੜੇ ਅਧਿਕਾਰੀ ਆ ਗਜ਼ਟ ਅਫਸਰ ਹੈ ਉਹ ਮੋਹਰਾ ਸੀਗੇ ਉਹਨਾਂ ਦੇ ਉੱਤੇ, ਜਸਕਰਨ ਸਿੰਘ ਜੱਸੀ ਜਿਹੜਾ ਮਾਈਨਿੰਗ ਮਾਫੀਆ ਦਾ ਸਿਰ ਹੈ ਉਹਨੇ ਕਿਸੇ ਪ੍ਰੀਟੀਕਲੀ ਸ਼ਹਿ ਦੇ ਅਧੀਨ ਉਹ ਛਾਲਾਂ ਮਾਰਦਾ ਹੈ, ਉਹਨੇ ਮਤਲਬ ਉਸ ਗਜ਼ਟਡ ਅਫਸਰ ਨੂੰ ਧੱਕੇ ਮਾਰੇ, ਗਲਤੇ ਫੜਿਆ, ਪੱਗ ਲਾਉਣ ਦੀ ਕੋਸ਼ਿਸ਼ ਕੀਤੀ। ਜੇ ਲੋਕ ਉਹਦਾ ਸਾਥ ਨਾ ਦਿੰਦੇ ਤਾਂ ਮੈਂ ਹੋ ਸਕਦਾ, ਮੈਂ ਕਹਿੰਦਾ ਉਹ ਸਾਡਾ ਨੁਕਸਾਨ ਬਚਾਉਣ ਦੀ ਬਜਾਏ ਆਪਣੀ ਜਾਨ ਗਵਾ ਸਕਦਾ ਹੈ। ਸੋ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਨੂੰ ਕਿ ਜਿਸ ਦੇਸ਼ ਦੇ ਜਿਸ ਮੁਲਕ ਦੇ ਇੱਕ ਗਜ਼ਟਡ ਅਧਿਕਾਰੀ ਆ ਜਿਹੜੇ ਉਹ ਸੇਫ ਨਹੀਂ, ਉਹਨਾਂ ਦੀ ਜ਼ਿੰਦਗੀ ਸੇਫ ਨਹੀਂ, ਸਾਡਾ ਆਮ ਲੋਕਾਂ ਦਾ ਕਿਆ ਹਾਲ ਹੋਊਗਾ। ਇਸ ਲਈ ਸਾਡੀ ਪੁਕਾਰ ਨੂੰ ਜਲਦੀ ਤੋਂ ਜਲਦੀ ਸੁਣੋ, ਨਹੀਂ ਅਸੀਂ ਇਹ ਸਾਰੇ ਪਿੰਡਾਂ ਦੇ ਲੋਕਾਂ ਨੇ ਇਹ ਪੱਕਾ ਮਨ ਬਣਾ ਲਿਆ ਵਾ ਕਿ ਮਰਾਂਗੇ ਜਾਂ ਮਾਰਾਂਗੇ, ਡਾਂਗਾਂ ਨਾਲ ਲੜਾਂਗੇ ਉਹ ਗੋਲੀਆਂ ਚਲਾਉਣ, ਅਸੀਂ ਡਾਂਗਾਂ ਨਾਲ ਉਹਨਾਂ ਦਾ ਮੁਕਾਬਲਾ ਕਰਾਂਗੇ। ਫਿਰ ਕਾਨੂੰਨ ਨੂੰ ਫਿਰ ਤੁਸੀਂ ਕਹੋਗੇ ਕਾਨੂੰਨ ਆਪਣੇ ਹੱਥ 'ਚ ਲੈ ਲਿਆ, ਉਹਦੀ ਜ਼ਿੰਮੇਵਾਰੀ ਸਮੁੱਚੀ ਸਰਕਾਰ ਦੀ ਹੋਵੇਗੀ, ਸਮੁੱਚੇ ਪ੍ਰਸ਼ਾਸਨ ਦੀ ਹੋਵੇਗੀ। ਕੱਲ੍ਹ ਦੀ ਵਾਰਦਾਤ ਹੋਈ ਸੀ ਮਾਨੀ ਸੰਬੰਧੀ, ਅੱਜ ਜੋ ਪੰਜਾਬ ਯੂਨੀਅਨ ਚੀਫ ਪਹੁੰਚੇ ਸੀ ਵਿਭਾਗ ਦੇ, ਕੀ ਤੁਹਾਡੀ ਗੱਲਬਾਤ, ਕੀ ਸ਼ੋਸ਼ਣ ਤੱਕ? ਦੇਖੋ ਕੱਲ੍ਹ ਦੀ ਜੋ ਕਾਰਵਾਈ ਮਾਈਨਿੰਗ ਵਾਲੇ ਅਸੀਂ ਫੜੇ ਸੀ ਮੌਕੇ ਦੇ ਉੱਤੇ, ਅਤੇ ਭਾਵੇਂ ਪੁਲਿਸ ਨੇ ਸਾਡਾ ਪੂਰਾ ਸਹਿਯੋਗ ਨਹੀਂ ਦਿੱਤਾ, ਈਵਨ ਦੈਨ ਅਸੀਂ ਹੁਣ ਪੂਰੀ ਤਰ੍ਹਾਂ ਵੀ ਆਰ ਫੁੱਲੀ ਸੈਟਿਸਫਾਈਡ, ਜੋ ਸਾਡੇ ਚੀਫ ਵੱਡੇ ਅਧਿਕਾਰੀ ਜਿਹੜੇ ਮਾਈਨਿੰਗ ਦੇ ਇੱਥੇ ਆਏ ਹੈ, ਜਿਸ ਤਰੀਕੇ ਨਾਲ ਉਹਨਾਂ ਨੇ ਗੱਲ ਕੀਤੀ ਹੈ, ਜਿਸ ਤਰੀਕੇ ਦੇ ਨਾਲ ਸਾਨੂੰ ਉਹਨਾਂ ਦੇ ਵਿਅਕਤੀਤਵ 'ਚੋਂ ਗੱਲ ਝਲਕੀ ਹੈ,
ਸਾਨੂੰ ਆਸ ਹੈ ਵਿਸ਼ਵਾਸ ਹੈ ਜੇ ਇਸੇ ਤਰੀਕੇ ਦੇ ਨਾਲ ਆਉਣ ਵਾਲੇ ਭਵਿੱਖ ਦੇ ਵਿੱਚ ਸਾਡੀ ਸਹਾਇਤਾ ਕਰਦੇ ਰਹਿਣਗੇ ਤਾਂ ਅਸੀਂ ਮਾਈਨਿੰਗ ਬੰਦ ਕਰਾਉਣ ਦੇ ਵਿੱਚ ਵੀ ਸਫਲ ਹੋਵਾਂਗੇ। ਆਹ ਜਿਹੜੇ ਹੜਨ ਵਾਲੇ ਡੁੱਬਣ ਵਾਲੇ 14 ਪਿੰਡ ਹੈ ਇਹਨਾਂ ਦਾ ਵੀ ਅਸੀਂ ਕੁਛ ਨਾ ਕੁਛ ਬਚਾਅ ਕਰਵਾ ਸਕਦੇ ਹਾਂ। ਅਸੀਂ ਹੁਣ ਤੱਕ ਦੀ ਕਾਰਵਾਈ ਅਤੇ ਜਿਹੜਾ ਜੀ ਸਿਵਲ ਪ੍ਰਸ਼ਾਸਨ ਹੈ ਜਾਂ ਮਾਈਨਿੰਗ ਵਾਲਾ ਸੰਬੰਧਿਤ ਪ੍ਰਸ਼ਾਸਨ ਹੈ ਉਹ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਪੁਲਿਸ ਵਾਲਿਆਂ ਦਾ ਉਹਨਾਂ ਨੇ ਕਿਹਾ ਹੈ ਵੀ ਅਸੀਂ ਜ਼ਿੰਮੇਵਾਰੀ ਲੈਣੀ ਹੈ, ਸੀਨਾ ਜੋਰੀ ਕਿਸੇ ਕਿਸਮ ਦੀ ਉਹਨਾਂ ਨੇ ਜੋ ਸਾਨੂੰ ਵਿਸ਼ੇਸ਼ ਯਕੀਨ ਦਵਾਇਆ ਵੀ ਸੀਨਾ ਜੋਰੀ ਧੱਕੇਸ਼ਾਹੀ ਗੁੰਡਾਗਰਦੀ ਇੱਥੇ ਜਿਹੜੇ ਚਲਾਉਣ ਦੀ ਕੋਸ਼ਿਸ਼ ਕਰਦੇ ਉਹ ਨਹੀਂ ਚੱਲਣ ਦੇਣਗੇ। ਅਸੀਂ ਬਹੁਤ ਸੰਤੁਸ਼ਟ ਹਾਂ। ਅਲੱਗ ਅਲੱਗ ਜੋ ਅੱਜ ਦੌਰਾ ਕੀਤਾ ਮਾਈਨਿੰਗ ਵਿਭਾਗ ਦੀ ਏਰੀਏ ਦਾ, ਕੱਲ੍ਹ ਵੀ ਲੋਕਾਂ ਨੇ ਬੜੀ ਐਕਸ਼ਨ ਕੀਤਾ, ਤੁਹਾਡੇ ਅਧਿਕਾਰੀ ਦੇ ਉੱਤੇ ਹਮਲਾ ਕਰਨ ਦੀ ਗਾਲੀ ਗੋਚ ਕਰਨ ਦੀ ਕੋਸ਼ਿਸ਼ ਕੀਤੀ ਸਰ, ਕੀ ਅੱਜ ਤੁਸੀਂ ਪਹੁੰਚੇ, ਕੀ ਮੌਕਾ ਦੇਖਿਆ ਜੀ? ਜੋ ਮੌਕਾ ਦੇਖਿਆ ਮੈਂ, ਜੋ ਗੱਲਬਾਤ ਸੁਣੀ ਹੈ, ਸਾਰੇ ਪਤਵੰਤੀ ਸੱਜਣ ਇਕੱਠੇ ਹੋਏ ਨੇ ਉਹਦੇ ਤੋਂ ਮੈਨੂੰ ਲੱਗਦਾ ਵੀ ਇਹ ਕਾਫੀ ਗੰਭੀਰ ਮਾਮਲਾ, ਇਹ ਮੈਂ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਇਹ ਮੈਂ ਇਨਸ਼ੋਰ ਕਰਦਾ ਵੀ ਸੀਨਾ ਜੋਰੀ ਨਹੀਂ ਕਿਸੇ ਦੀ ਹੋਊਗੀ। ਸਖ਼ਤ ਤੋਂ ਸਖ਼ਤ ਐਕਸ਼ਨ ਜਿਹਨੇ ਵੀ ਕੋਈ ਗਲਤੀ ਕੀਤੀ ਆ ਉਹਦੇ ਅਗੇਂਸਟ ਇਨਸ਼ੋਰ ਕਰੂੰਗਾ ਵੀ ਹੋਵੇ। ਥੈਂਕ ਯੂ ਸਰ। ਜੋ ਪਿੰਡ ਦੇ ਲੋਕਾਂ ਨੇ ਕਮੇਟੀ ਬਣਾ ਕੇ ਆਫੀਸ਼ੀਅਲ ਪਾਵਰ ਦੇਣ ਦੀ ਗਲਤ ਹੋਈ ਹੈ, ਉਹਦੇ ਬਾਰੇ ਸਰ ਕੀ ਕਹਿਣਾ ਚਾਹੋਗੇ? ਉਹ ਬਹੁਤ ਅੱਛਾ ਸੁਝਾਅ ਹੈ, ਮੈਂ ਡਿਸਕਸ ਕਰੂੰਗਾ ਆਪਦੇ ਐਕਸਪੀਰੀਅੰਸ ਦੇ ਨਾਲ, ਬਹੁਤ ਅੱਛਾ ਸੁਝਾਅ ਹੈ, ਇਹਨੂੰ ਸਿਰੇ ਚਾੜਾਂਗੇ। ਵਾਹ ਲੱਗਦੀ।